ਸਤਿ ਸ੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਚਾਰਾ ਘੁਟਾਲਾ ਮਾਮਲੇ ਵਿੱਚ ਲਾਲੂ ਪ੍ਰਸਾਦ ਸਮੇਤ 15 ਦੋਸ਼ੀਆਂ ਨੂੰ ਜੇਲ੍ਹ ਭੇਜਿਆ ਗਿਆ। ਫੈਸਲੇ ਖਿਲਾਫ ਹਾਈਕੋਰਟ ਜਾਵੇਗਾ ਰਾਸ਼ਟਰੀ ਜਨਤਾ ਦਲ। ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਨਦੀ ਵਿੱਚ ਡਿੱਗੀ ਬੱਸ, 32 ਲੋਕਾਂ ਦੀ ਮੌਤ, 16 ਸਾਲਾਂ ਨਾਬਾਲਗ ਕੰਡਕਟਰ ਚਲਾ ਰਿਹਾ ਸੀ ਬੱਸ। ਪਾਕਿਸਤਾਨ ਪਾਸਿਓਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਮੇਜਰ ਸਮੇਤ 3 ਜਵਾਨ ਸ਼ਹੀਦ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਟਰੈਕਟਰ ਤੇ ਹੋਰਨਾਂ ਕਿਸਾਨੀ ਸੰਦਾਂ ਤੇ ਲਾਏ ਟੈਕਸ ਖਤਮ ਕਰੇ ਕੇਂਦਰ ਸਰਕਾਰ। BSF ਨੇ ਭਾਰਤ ਪਾਕ ਸਰਹੱਦ ਪਾਰ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਰਾਂਚੀ ਦੀ CBI ਕੋਰਟ ਨੇ ਫੈਸਲਾ ਸੁਣਾ ਦਿੱਤਾ ਏ। ਦੇਵਘਰ ਚਾਰਾ ਘੁਟਾਲਾ ਕੇਸ ਵਿਚ ਲਾਲੂ ਯਾਦਵ ਨੂੰ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਏ, ਜਦਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਏ। ਉਨ੍ਹਾਂ ਤੋਂ ਇਲਾਵਾ ਧਰੁਵ ਭਗਤ ਨੂੰ ਵੀ ਬਰੀ ਕਰ ਦਿੱਤਾ ਗਿਆ ਏ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਲਾਲੂ ਪ੍ਰਸਾਦ ਯਾਦਵ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਲਿਆਂਦਾ ਗਿਆ। 3 ਜਨਵਰੀ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। ਮਾਮਲੇ ਵਿਚ 22 ਦੋਸ਼ੀਆਂ ਵਿਚੋਂ 7 ਨੂੰ ਬਰੀ ਕਰ ਦਿੱਤਾ ਗਿਆ, ਜਦਕਿ 15 ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਦੱਸ ਦੇਈਏ ਕਿ ਚਾਰਾ ਘੁਟਾਲਾ ਮਾਮਲਾ ਸਰਕਾਰ ਦੇ ਖਜ਼ਾਨੇ ਵਿਚੋਂ 900 ਕਰੋੜ ਰੁਪਏ ਦੇ ਫਰਜ਼ੀਵਾੜੇ ਦਾ ਏ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਰਾਜਸੀ ਆਗੂਆਂ ਦੀ ਮਿਲੀ ਭੁਗਤ ਨਾਲ ਇਸ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਵਿਚ ਪਸ਼ੂਆਂ ਦੇ ਲਈ ਚਾਰਾ, ਦਵਾਈਆਂ ਆਦਿ ਦੇ ਲਈ ਸਰਕਾਰੀ ਖਜ਼ਾਨੇ ਵਿਚੋਂ ਪੈਸਾ ਕੱਢਿਆ ਗਿਆ ਸੀ। ਲਾਲੂ ਪ੍ਰਸਾਦ ਯਾਦਵ ਦੀ ਪਾਰਟੀ RJD ਦੇ ਲੀਡਰ ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਪਾਰਟੀ ਇਸ ਫੈਸਲੇ ਖਿਲਾਫ਼ ਹਾਈਕੋਰਟ ਜਾਵੇਗੀ। ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਇਕ ਬੱਸ ਦੇ ਨਦੀ ਵਿਚ ਡਿੱਗ ਜਾਣ ਕਾਰਨ 32 ਦੇ ਲਗਭਗ ਲੋਕਾਂ ਦੀ ਮੌਤ ਹੋ ਗਈ। ਇਹ ਗਿਣਤੀ ਵੱਧ ਵੀ ਸਕਦੀ ਏ। ਹਾਦਸੇ ਵਿਚ 18 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਦੱਸਿਆ ਜਾ ਰਿਹਾ ਏ ਕਿ ਮਰਨ ਵਾਲਿਆਂ ਵਿਚ 3 ਔਰਤਾਂ ਤੇ 3 ਬੱਚੇ ਵੀ ਸ਼ਾਮਲ ਨੇ। ਹਾਦਸੇ ਤੋਂ ਬਾਅਦ ਸਥਾਨਕ ਲੋਕ ਤੇ ਅਫਸਰ ਮੌਕੇ ਤੇ ਪੁੱਜ ਗਏ। ਜ਼ਖਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਵਾਈ ਮਾਧੋਪੁਰ ਤੋਂ 20 ਕਿਲੋਮੀਟਰ ਦੂਰ ਦਰਿਆ ਬਨਾਸ ਤੇ ਬਣੇ ਇੱਕ ਪੁਲ ਤੇ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਦਰਿਆ ਵਿਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਨੂੰ ਇੱਕ ਨਾਬਾਲਗ ਚਲਾ ਰਿਹਾ ਸੀ। ਇਸ ਹਾਦਸੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਏ। ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਵਿਚ ਇਕ ਫੌਜੀ ਅਧਿਕਾਰੀ ਸਮੇਤ 3 ਜਵਾਨਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਪਾਕਿਸਤਾਨੀ ਫੌਜ ਨੇ ਕੇਰੀ ਬਰਾਟ ਗੋਲਾ ਸੈਕਟਰ ਵਿਚ ਗਸ਼ਤ ਕਰ ਚੁੱਕੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਨੌਸ਼ਹਿਰਾ ਦੇ ਲਾਮ ਸੈਕਟਰ ਵਿਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ। ਕੇਂਦਰ ਸਰਕਾਰ ਵੱਲੋਂ ਟਰੈਕਟਰ ਨੂੰ ਟੈਕਸ ਦੇ ਘੇਰੇ ਵਿਚ ਲਿਆਉਣ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਫੈਸਲੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਏ ਤੇ ਕਿਸਾਨਾਂ ਦੀ ਮੰਦੀ ਹਾਲਤ ਨੂੰ ਵੇਖਦੇ ਹੋਏ ਖੇਤੀਬਾੜੀ ਸੰਦਾਂ ਵਿਚੋਂ ਟੈਕਸ ਨੂੰ ਖਤਮ ਕਰਨਾ ਚਾਹੀਦਾ ਏ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਗਟਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਨਰਿੰਦਰ ਸਿੰਘ ਦੀ ਮੌਤ ਤੇ ਉਨ੍ਹਾਂ ਦੇ ਭਰਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਹੋਰ ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਕੀਤਾ। ਸਰਦਾਰ ਬਾਦਲ ਨੇ ਅਜੋਕੀ ਰਾਜਨੀਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਬਜਾਏ ਰਾਜਨੀਤੀ ਵਿਚ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ, ਬਲਕਿ ਆਪਣੇ ਸੂਬੇ ਦੀ ਤਰੱਕੀ ਲਈ ਆਪਸੀ ਸਹਿਯੋਗ ਕਰਨਾ ਚਾਹੀਦਾ ਏ। ਵੀ ਟਰੈਕਟਰ ਦਾ ਹੁਣ ਤਰੱਕੀ ਕਰਕੇ ਕੁਛ ਚੀਜ਼ਾਂ ਜਿਹੜੀਆਂ ਗੱਡੇ ਕੰਮ ਕਰਦੇ ਸਨ ਉਹ ਟਰੈਕਟਰ ਕਰਦੇ, ਇਹ ਬੜੀ ਗਲਤ ਗੱਲ ਹੈ। ਔਰ ਕਿਸਾਨ 'ਤੇ ਤਾਂ ਅੱਗੇ ਹੀ ਬੋਝ ਬੋਝ ਜ਼ਿਆਦਾ, ਕੋਈ ਵੀ ਥੋੜ੍ਹਾ ਜਿਹਾ ਵੀ ਬੋਝ ਉਹ ਸਹਾਰ ਨਹੀਂ ਸਕਦਾ। ਇਸ ਕਰਕੇ ਫੈਸਲੇ ਉਹ ਕਰਨੇ ਚਾਹੀਦੇ ਆ ਜਿਹਦੇ ਕਿਸਾਨ ਨੂੰ ਲਾਭ ਹੋਵੇ, ਨਾ ਕਿ ਕੋਈ ਇਹੋ ਜਿਹੇ ਫੈਸਲੇ ਕਰਨੇ ਚਾਹੀਦੇ ਜਿਹਦੇ ਨਾਲ ਕਿਸਾਨ ਨੁਕਸਾਨ। ਸ਼ਹੀਦੀ ਕਾਨਫਰੰਸਾਂ ਬਾਰੇ ਫੈਸਲਾ ਆਇਆ ਅਕਾਲ ਤਖ਼ਤ ਦਾ, ਬਹੁਤ ਵਧੀਆ, ਉਹਦੇ ਬਾਰੇ ਦੋ ਸ਼ਬਦ ਕਹਿ। ਜੋ ਅਕਾਲ ਤਖ਼ਤ ਨੇ ਫੈਸਲਾ ਕਰਤਾ ਉਹ ਅਸੀਂ ਮੰਨਾਂਗੇ, ਲਫ਼ਜ਼ ਬਲਫ਼ਜ਼ ਮੰਨਾਂਗੇ। BSF ਦੀ 70 ਬਟਾਲੀਅਨ ਵੱਲੋਂ ਬੀਤੀ ਦੇਰ ਰਾਤ ਸਰਹੱਦੀ ਚੌਕੀ ਵਧਾਈ ਚੀਮਾ ਨੇੜਿਓਂ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਨਾਲ ਢੇਰ ਕਰ ਦਿੱਤਾ ਗਿਆ, ਜਦਕਿ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ 3 ਪਾਕਿਸਤਾਨੀ ਘੁਸਪੈਠੀਏ ਵਾਪਸ ਭੱਜਣ ਵਿਚ ਸਫਲ ਹੋ ਗਏ। BSF ਅਧਿਕਾਰੀਆਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਏ। ਅੱਜ ਸਵੇਰੇ BSF ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਵੀ ਰਾਤੀ ਕਰੀਬ ਕੋਈ 11:30 ਵਜੇ ਭਾਰਤ ਪਾਕਿਸਤਾਨ ਜਿਹੜੀ ਸਰਹੱਦ ਆ ਉੱਤੋਂ ਪਾਕਿਸਤਾਨ ਵੱਲੋਂ ਕੋਈ ਘੁਸਪੈਠੀ ਜਿਹੜੇ ਭਾਰਤ ਇੰਟਰ ਕਰਨ ਲਈ ਆ ਰਹੇ ਸੀ, ਜੋ ਇਹਨਾਂ ਦੀ ਫਾਇਰਿੰਗ ਦੌਰਾਨ ਜਿਹੜਾ ਇੱਕ ਮਾਰਿਆ ਗਿਆ ਅਤੇ 3 ਜਿਹੜੇ ਪਿਛਾਂ ਨੂੰ ਕਹਿੰਦੇ ਭੱਜ ਗਏ। ਉਹਨਾਂ ਦੇ ਕੋਲੋਂ ਜਿਹੜਾ ਮਰਿਆ ਵਾ ਪਾਕਿਸਤਾਨੀ, ਉਹਨੂੰ 350 ਰੁਪਇਆ ਕਰੰਸੀ BSF ਨੇ ਸਾਡੇ ਵਾਲੇ ਕੀਤੀ ਹੈ।
ਜੋ ਉਹਨਾਂ ਲਿਖ ਦਿੱਤੀ ਹੈ ਉਹਦੇ ਮੁਤਾਬਕ ਮੁਕੱਦਮਾ ਦਰਜ ਕਰਕੇ ਕਾਰਵਾਈ ਅਗਲੀ ਚੱਲ ਰਹੀ ਹੈ। ਜਿਹੜਾ ਵਾ ਡੈੱਡ ਬੋਡੀ ਉਹਨੂੰ 72 ਘੰਟੇ ਲਈ ਇੱਥੇ ਮੋਰਚੇ ਦੇ ਵਿੱਚ ਨਾਲੇ ਜਿਹੜਾ ਹੋਸਪਿਟਲ ਵਿੱਚ ਰੱਖਿਆ ਗਿਆ। ਅੱਜ ਫੇਰ ਵੱਡੀ ਗਿਣਤੀ ਵਿੱਚ ਬਠਿੰਡਾ ਥਰਮਲ ਪਲਾਂਟ ਦੇ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਮਾਰਚ ਕੱਢ ਕੇ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ। ਥਰਮਲ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਪਰਾਤਰੀ ਜਥੇਬੰਦੀਆਂ ਵੀ ਇਸ ਸੰਘਰਸ਼ ਦਾ ਸਾਥ ਦੇ ਰਹੀਆਂ ਨੇ। ਦਰਅਸਲ ਬਠਿੰਡਾ ਦੇ ਥਰਮਲ ਨੂੰ ਬੰਦ ਕਰਨ ਵਿਰੁੱਧ ਇਹ ਸੰਘਰਸ਼ ਭਖਿਆ ਹੋਇਆ ਏ। ਮੁਲਾਜ਼ਮਾਂ ਨੇ ਬੀਤੇ ਦਿਨ ਵੀ ਪਲਾਂਟ ਬੰਦ ਕਰਨ ਦਾ ਰੋਸ ਵਜੋਂ ਧਰਨਾ ਦਿੱਤਾ ਸੀ ਤੇ ਵਿੱਤ ਮੰਤਰੀ ਨੂੰ ਬਹਿਸ ਦਾ ਸੱਦਾ ਦਿੱਤਾ ਸੀ। ਇਹ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਖਾਸ ਕਰਕੇ ਇਹ ਫੈਸਲਾ ਮਨਪ੍ਰੀਤ ਬਾਦਲ ਨੇ ਬੜੀ ਕਾਹਲੀ ਦੇ ਨਾਲ ਕਰਵਾਇਆ ਹੈ। ਪਤਾ ਨਹੀਂ ਇਹਨਾਂ ਦੀ ਕੀ ਮਨਸ਼ਾ ਇਹਦੇ ਪਿੱਛੇ ਕਿ ਚੰਗੇ ਭਲੇ ਚੱਲਦੇ ਥਰਮਲ ਨੂੰ ਇਹ ਜਾਣ ਬੁੱਝ ਕੇ ਬੰਦ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੈ ਔਰ ਐਡੇ ਐਡੇ ਗਲਤ ਅੰਕੜੇ ਦੇ ਰਹੇ ਹੈ ਕਿ ਜਿਹੜੀ ਬਿਜਲੀ ਹੈ ਉਹ 11.5 ਰੁਪਈਆ ਪ੍ਰਤੀ ਯੂਨਿਟ ਪੈਂਦੀ ਹੈ। ਅਸੀਂ ਇਹਨਾਂ ਨੂੰ ਚੈਲੇਂਜ ਕਰਦੇ ਹਾਂ ਇਸ ਗੱਲ ਦਾ ਕਿ ਇਹ ਵੀ ਐਫੀਡੇਵਿਟ ਦੇ ਦੇਣਾ ਤੇ ਅਸੀਂ ਵੀ ਐਫੀਡੇਵਿਟ ਦਿੰਦੇ ਹਾਂ। ਜੇ ਸਾਬਤ ਕਰ ਦੇਣਗੇ ਕਿ 11.5 ਰੁਪਈਏ ਬਿਜਲੀ ਪੈਂਦੀ ਹੈ ਤਾਂ ਅਸੀਂ ਆਪਦੀ ਮੰਗ ਛੱਡ ਦਿਆਂਗੇ ਤੇ ਜੇ ਅਸੀਂ ਸਾਬਤ ਕਰਤਾ ਕਿ ਸਾਡੀ ਬਿਜਲੀ 4.5 ਰੁਪਈਏ ਪੈਂਦੀ ਹੈ ਤਾਂ ਇਹਨਾਂ ਨੂੰ ਥਰਮਲ ਜਿਹੜਾ ਚਲਾਉਣਾ ਚਾਹੀਦਾ। ਇਹਦੇ ਵਿੱਚ 20-22 ਜਥੇਬੰਦੀਆਂ ਚ ਤੇ ਸਾਡਾ ਇਹ ਸੰਕੇਤਕ ਧਰਨਾ ਹੈ। ਅਸੀਂ ਅਜੇ ਇਹਨਾਂ ਨੂੰ ਥੋੜਾ ਥੋੜਾ ਕੋਟਾ ਲਾਇਆ ਸੀਗਾ ਵੀ 5-5, 10-10 ਬੰਦੇ ਲੈ ਕੇ ਆਉਣੇ ਆ ਤੇ ਇਸ ਤੋਂ ਅਗਲੇ ਜਿਹੜੇ ਸੰਘਰਸ਼ ਹੈ ਉਹ ਬਹੁਤ ਵੱਡੇ ਹੋਣਗੇ। ਅਗਲਾ ਸਟੈਪ ਸਾਡਾ ਸ਼ਾਂਤਮਈ ਹੋਊਗਾ ਤੇ ਧਰਨੇ ਰੈਲੀਆਂ ਮੁਜ਼ਾਹਰੇ ਹੋਣਗੇ। ਮਲੇਰਕੋਟਲਾ ਦੇ ਸੱਟਾ ਚੌਂਕ ਵਿਖੇ ਮੱਛੀ ਪੈਕਿੰਗ ਵਾਲੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਜਾਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਨਜ਼ਦੀਕੀ ਦੁਕਾਨਾਂ ਤੇ ਘਰਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ। ਮੌਕੇ ਤੇ ਮੌਜੂਦ ਲੋਕਾਂ ਨੇ ਆਪਣੇ ਪੱਧਰ ਤੇ ਅੱਗ ਤੇ ਕਾਬੂ ਪਾਇਆ ਜਦਕਿ ਅੱਗ ਬੁਝਾਊ ਦਸਤਾ ਕਾਫ਼ੀ ਸਮੇਂ ਬਾਅਦ ਪਹੁੰਚਿਆ। ਜਾਣਕਾਰੀ ਮੁਤਾਬਕ ਗੋਦਾਮ ਦੀ ਲੱਕੜ ਤੇ ਬਾਲਿਆਂ ਨਾਲ ਬਣੀ ਛੱਤ ਨੂੰ ਅੱਗ ਲੱਗ ਗਈ ਸੀ ਜੋ ਦੇਖਦੇ ਹੀ ਦੇਖਦੇ ਜ਼ਿਆਦਾ ਫੈਲ ਗਈ। ਇੱਥੇ ਕਿਸੇ ਦਾ ਇਹ ਗੋਡਾਊਨ ਜਿਹਾ ਬਣਾਇਆ ਹੋਇਆ ਇਹਦੇ ਵਿੱਚ ਇਹ ਮੱਛੀ ਜਿਹੜੀ ਬਾਹਰੋਂ ਆਉਂਦੀ ਹੈ ਉਹਦੀ ਪੈਕਿੰਗ ਇੱਥੇ ਸਿੜਦੇ ਨੇ। ਪਤਾ ਨਹੀਂ ਕੀ ਹੋਇਆ ਕੀ ਨਹੀਂ, ਇੰਨੀ ਜ਼ਿਆਦਾ ਅੱਗ ਲੱਗੀ ਸਾਡੇ ਘਰ ਦੇ ਵਿੱਚ, ਸਾਨੂੰ ਇੰਨਾ ਖਤਰਾ ਹੋ ਗਿਆ ਕਿਸੇ ਸਿਲੰਡਰ ਵਗੈਰਾ ਨੂੰ ਕਿਸੇ ਚੀਜ਼ ਨੂੰ ਅੱਗ ਲੱਗ ਜਾਂਦੀ ਸਾਡੇ ਤਾਂ ਜਾਨ ਮਾਲ ਦਾ ਖਤਰਾ ਹੋ ਜਾਂਦਾ। ਸਿਲੰਡਰ ਨੂੰ ਤਾਂ ਲੱਗੀ ਨਹੀਂ ਹੈਗੀ, 3 ਘੰਟੇ ਅਸੀਂ ਆਪਣੀਆਂ ਟੈਂਕੀਆਂ 'ਚ ਉੱਪਰੋਂ ਪਾ ਕੇ ਬਾਹਰ ਕਾਰਾਂ ਖੜੀਆਂ ਸੀ, ਕਾਰਾਂ ਅਸੀਂ ਆਪਣੀਆਂ ਪਰੇ ਕਰੀਆਂ। ਇੰਨੀ ਜ਼ਿਆਦਾ ਅੱਗ ਲੱਗੀ ਹੋਈ ਸੀ ਕਿ ਅਸੀਂ ਇਹ ਲੋਕਾਂ ਨੇ ਨਾਲ ਮਿਲ ਕੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਉੱਪਰੋਂ ਟੈਂਕੀਆਂ 'ਚੋਂ ਆਪਣਾ ਪਾਣੀ ਭਰ ਕੇ ਸਮਰਸੀਬਲ ਚਲਾ ਕੇ 3 ਘੰਟੇ ਲਾ ਕੇ ਅੱਗ ਬੁਝਾਈ ਹੈ। ਫਾਇਰ ਬ੍ਰਿਗੇਡ ਆਈ, ਜਦ ਤੱਕ ਤਾਂ ਥੋੜ੍ਹੇ ਅਸੀਂ ਕੰਟਰੋਲ ਕਰ ਲਿਆ ਸੀਗਾ, ਫਾਇਰ ਬ੍ਰਿਗੇਡ ਆਈ ਕਾਫੀ ਟਾਈਮ ਬਾਅਦ। ਫਿਰੋਜ਼ਪੁਰ ਛਾਣੀ ਰੇਲਵੇ ਸਟੇਸ਼ਨ ਨਜ਼ਦੀਕ ਪੈਂਦੇ ਬਸਤੀ ਟੈਂਕਾਂ ਵਾਲੀ ਵਾਸ਼ਿੰਗ ਲਾਈਨ ਲਾਰੀ ਧੰਨਵਾਦ ਫਿਰੋਜ਼ਪੁਰ ਰੇਲ ਦੀ ਲਪੇਟ ਵਿੱਚੋਂ 2 ਮੋਟਰਸਾਈਕਲ ਸਵਾਰਾਂ ਦੇ ਆਉਣ ਕਾਰਨ ਉਹਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਰਜਿੰਦਰ ਨੇਕੀ ਤੇ ਪਾਲਾ ਵਜੋਂ ਹੋਈ ਏ, ਜੋ ਰੇਲਵੇ ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। GRP ਪੁਲਿਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਏ। ਇਨਫੋਰਮੇਸ਼ਨ ਮਿਲੀ ਸੀ, ਟ੍ਰੇਨ ਆ ਰਹੀ ਸੀਗੀ ਜਲੰਧਰ ਤੋਂ ਫਿਰੋਜ਼ਪੁਰ ਨੂੰ, ਵਾਸ਼ਿੰਗ ਲਾਈਨ ਦੇ ਨੇੜੇ 2 ਨੌਜਵਾਨ ਜਿਹੜੇ ਮੋਟਰਸਾਈਕਲ ਕ੍ਰਾਸ ਕਰ ਰਹੇ ਸੀ ਰੇਲਵੇ ਲਾਈਨਾਂ ਤੋਂ, ਅਚਾਨਕ ਉਹਦੀ ਟ੍ਰੇਨ ਦੀ ਲਪੇਟ 'ਚ ਆ ਗਏ, ਜਿਨ੍ਹਾਂ ਦੀ ਦੋਨਾਂ ਦੀ ਮੌਕੇ 'ਤੇ ਡੈਥ ਹੋ ਗਈ ਹੈ। ਕਨਫਰਮ ਨਹੀਂ ਪਤਾ ਲੱਗਿਆ, ਲੇਕਿਨ ਲੋਕ ਦੱਸਦੇ ਵੀ ਰੇਲਵੇ ਦੇ ਮੁਲਾਜ਼ਮ ਨਹੀਂ, ਇਹ ਨਹੀਂ ਅਸੀਂ ਦੇਖਿਆ, ਨਾ ਹੀ ਅਜੇ ਕੋਈ ਦੇਖਿਆ, ਜੇਬ 'ਚੋਂ ਮੋਬਾਈਲ ਮਿਲਿਆ ਇਹਨਾਂ ਦੀ ਤੇ, ਲੇਕਿਨ ਕ੍ਰਾਸ ਕਰ ਰਹੇ ਸੀ ਇਹ ਰੇਲਵੇ ਲਾਈਨ 'ਤੇ, ਕੋਈ ਫਾਟਕ ਵਗੈਰਾ ਨਹੀਂ ਸੀਗਾ। ਹਾਂ, ਬਸ ਇਹਨਾਂ ਨੇ ਖਿਆਲ ਨਹੀਂ ਕੀਤਾ, ਇਹਨਾਂ ਨੇ ਅਣਗਹਿਲੀ ਸੀਗੀ, ਲਾਪਰਵਾਹੀ ਸੀ ਜਿੱਥੇ ਕ੍ਰਾਸ ਕਰ ਰਹੇ ਸੀ ਇਹ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਨ ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਉਡਾਨ ਦਾ ਰਸਮੀ ਉਦਘਾਟਨ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਕੇਕ ਕੱਟ ਕੇ ਕੀਤਾ ਗਿਆ। ਇਸ ਤੋਂ ਪਹਿਲਾਂ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਜਹਾਜ਼ ਦੇ ਪਾਇਲਟ ਸਮੇਤ ਸਮੂਹ ਅਮਲੇ ਤੇ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਰਧਾਲੂਆਂ ਨੇ ਬੋਲੇ ਸੋਨੇਹਾਲ ਦੇ ਜੈਕਾਰਿਆਂ ਨਾਲ ਉਡਾਨ ਵਿਚ ਪ੍ਰਵੇਸ਼ ਕੀਤਾ। ਇਸ ਉਡਾਨ ਨੂੰ ਸ਼ੁਰੂ ਕਰਨ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਚੱਲ ਰਹੀ ਸੀ। ਟ੍ਰੇਨ ਰਾਹੀਂ ਲੰਬਾ ਸਫ਼ਰ ਹੋਣ ਕਾਰਨ ਲੋਕਾਂ ਲਈ ਨਾਂਦੇੜ ਸਾਹਿਬ ਜਾਣਾ ਬੜਾ ਮੁਸ਼ਕਿਲ ਸੀ, ਪਰ ਹੁਣ ਇਸ ਉਡਾਨ ਰਾਹੀਂ ਤੀਰਥ ਸਥਾਨਾਂ ਦੇ ਦਰਸ਼ਨ ਉਹ ਕਰ ਸਕਣਗੇ। ਜੋ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦਿਹਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀਆਂ ਲਈ ਕਿ ਜੋ ਪੁਰਾਣੀ ਡਿਮਾਂਡ ਸੀ ਜਿਹੜੀ ਮੈਂ ਕੀਤੀ ਸੀ
ਅੰਮ੍ਰਿਤਸਰ ਸਾਹਿਬ ਤੋਂ ਨਾਂਦੇੜ ਸਾਹਿਬ ਔਰ ਪਟਨਾ ਸਾਹਿਬ ਦੀ ਫਲਾਈਟ ਉਹ ਪੂਰੀ ਹੋਈ ਹੈ, ਉਹਦਾ ਇਨੋਗਰੇਸ਼ਨ ਕਰਨ ਆਏ ਨੇ, ਉਹਨੂੰ ਫਲੈਗ ਆਫ ਕਰਨ ਆਏ ਨੇ। ਮੈਂ ਵਿਸ਼ੇਸ਼ ਰੂਪ ਵਿੱਚ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਜੀ ਦਾ, ਔਰ ਸਿਵਲ ਐਵੀਏਸ਼ਨ ਮਿਨਿਸਟਰ ਅਸ਼ੋਕ ਗਜਾਪਤੀ ਰਾਜੂ ਜੀ ਦਾ, ਔਰ ਜੈਮ ਸਿਰਾ ਜੀ ਦਾ, ਕਿ ਜਿਹੜੀ ਏਅਰਪੋਰਟ ਚਰਪਰਾਈ ਵੀ ਸੀ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਹੈ। ਸੋ ਅੱਜ ਇਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਅਪਲਿਫਟ ਹੋ ਰਹੀ ਹੈ ਅਤੇ Cat-3B ਲਾਈਟਿੰਗ ਲੱਗੀ ਹੈ। ਇੱਥੇ 24 ਘੰਟੇ 365 ਦਿਨ ਫਲਾਈਟਾਂ ਲੈਂਡ ਹੁੰਦੀਆਂ ਨੇ, ਇੱਥੇ ਰੀਕਾਰਪਟਿੰਗ ਹੋ ਗਈ ਹੈ, ਉਸੇ ਕਰਕੇ ਏਅਰਲਾਈਨ ਕੰਪਨੀਆਂ ਅੱਜ ਏਅਰਲਾਈਨ ਕੰਪਨੀਆਂ ਲਾਈਨ 'ਚ ਲੱਗ ਗਈਆਂ ਨੇ, ਕਿਉਂਕਿ ਉਹਨਾਂ ਨੂੰ ਹੁਣ ਬਿਜ਼ਨਸ ਲਾਸ ਨਹੀਂ ਹੁੰਦਾ, ਜਿਹੜਾ ਧੁੰਦ ਦੇ ਦਿਨਾਂ 'ਚ ਹੁੰਦਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਸ਼ਬਦ ਕੀਰਤਨੀ ਜਥੇ, ਸਕੂਲਾਂ ਦੇ ਬੱਚੇ, ਗੱਤਕਾ ਪਾਰਟੀਆਂ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਅੱਜ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 351ਵੇਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ ਸਮੂਹ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਦੀ ਪ੍ਰਾਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕੀਤੀ ਗਈ ਹੈ, ਜੋ ਅੰਮ੍ਰਿਤਸਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ। 25 ਤਰੀਕ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਹੀ ਭਾਵਨਾ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵੱਸਦੀਆਂ ਹਨ, ਬੜੇ ਪਿਆਰ ਸਹਿਤ ਮਨਾ ਰਹੀਆਂ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਅਤੇ ਹਿੰਦੁਸਤਾਨ ਨੂੰ ਇੱਕ ਐਸੀ ਆਜ਼ਾਦੀ ਲੈ ਕੇ ਦਿੱਤੀ ਜਿਸ ਆਜ਼ਾਦੀ ਨੂੰ ਅਸੀਂ ਅੱਜ ਮਾਣ ਰਹੇ ਹਾਂ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਹੈ। ਸਤਿਗੁਰੂ ਪਾਤਸ਼ਾਹ ਜੀ ਦੇ 351ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਵਧਾਈਆਂ। ਇਹਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।